ਕੌਡੀ 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 ਭਾਜੀ ਮੈਨੂੰ ਤਕਰੀਬਨ 18-19 ਸਾਲ ਹੋ ਗਏ ਸਾਡਾ ਨਾ ਛੋਟੇ ਵੀਰਾਂ ਨੂੰ ਨਾ ਇਹ ਮੈਸੇਜ ਹੈ ਕਿ ਪ੍ਰੋਪਰ ਡਾਈਟ ਪ੍ਰੋਪਰ ਵੇਖੋ ਕੋਈ ਤੁਹਾਡਾ ਉਸਤਾਦ ਹੈ ਕੋਈ ਕੋਚ ਹੈ ਕੋਈ ਵੀ ਚੀਜ਼ ਹੈ ਨਾ ਜਿਮ ਵਾਲਿਆਂ ਦੀਆਂ ਗੱਲਾਂ 'ਤੇ ਨਾ ਜਾਇਆ ਕਰੋ ਵੀਰ ਆਪਣਾ ਪ੍ਰੋਪਰ ਡਾਈਟ ਕੀਮਾ ਦੁੱਧ ਮੁਰਗਾ ਦੇਸੀ ਜਾਂ ਬੱਕਰਾ ਵਾ ਜਾਂ ਦਹੀਂ ਆ ਜਾਂ ਮੱਖਣ ਆ ਘਿਓ ਆ ਇਹ ਨੈਚੁਰਲ ਖੁਰਾਕਾਂ ਖਾਇਆ ਕਰਨਾ ਉਹਨਾਂ ਜਿਹੜੀ ਚੀਜ਼ ਦੀ ਨਾ ਸਮਝ ਆਵੇ ਉਹ ਕਿਸੇ ਵੀ ਆਪਣੇ ਤੋਂ ਸੀਨੀਅਰ ਪਲੇਅਰ ਹੋਵੇ ਨਾ ਉਹਦੇ ਕੋਲੋਂ ਪੁੱਛ ਲਓ ਹਰ ਆਪਣੇ ਤੋਂ ਵੱਡਾ ਪਲੇਅਰ ਸੀਨੀਅਰ ਉਸਤਾਦ ਹੀ ਹੁੰਦਾ ਹੈ ਨਾ ਕਿਸੇ ਕੋਲੋਂ ਵੀ ਪੁੱਛ ਲਓ ਕਿ ਉਸਤਾਦ ਜੀ ਆਹ ਚੀਜ਼ ਹੈ ਜਾਂ ਮੈਂ ਆਹ ਮਿਹਨਤ ਕਰਦਾ ਜਾਂ ਮੈਨੂੰ ਇੱਥੇ ਇੰਜਰੀ ਹੁੰਦੀ ਹੈ ਜਾਂ ਆਹ ਪ੍ਰੋਬਲਮ ਹੈ ਅਤੇ ਉਸਤਾਦ ਜੀ ਇਹਦੀ ਕੀ ਮੈਂ ਇਹ ਕਰਿਆ ਕਰਾਂ ਨਾ ਹੱਲ ਮੇਰਾ ਵੀਰ ਮੈਡੀਸਨ ਨਾ ਲੌਂਗ ਹੱਲ ਨਹੀਂ ਕਿਸੇ ਵੀ ਚੀਜ਼ ਦਾ ਲੌਂਗ ਬੰਦਾ ਨਹੀਂ ਖੇਡਦਾ ਨਾ ਹਾਜ਼ਰ ਮੌਕੇ 'ਤੇ ਚੰਗਾ ਲੱਗਦਾ ਹੀ ਆ ਉਦੋਂ ਏਜ ਹੁੰਦੀ ਹੈ ਨਾ ਉਹ ਜਦੋਂ ਟਾਈਮ ਲੰਘ ਜੇ ਅਤੇ ਉਦੋਂ ਵੀਰ ਨੁਕਸਾਨ ਦੇ ਬਹੁਤ ਜ਼ਿਆਦਾ ਹੁੰਦਾ ਹੁਣ ਇੱਕ ਅੰਦਰ ਚੀਜ਼ ਹੀ ਪ੍ਰੋਟੀਨ ਤੁਹਾਡੇ ਇੰਨੀ ਜ਼ਿਆਦਾ ਬਣਦੀ ਹੈ ਤੁਸੀਂ ਨੈਚੁਰਲ ਖੁਰਾਕ ਖਾਂਦੇ ਹੋ ਜਦੋਂ ਅਜ਼ਾਫ ਹੀ ਆਪਾਂ ਪ੍ਰੋਟੀਨ ਲੈਂਦੇ ਹਾਂ ਤਾਂ ਜਿਹੜੀ ਅੰਦਰ ਵਾਲੀ ਬਣਦੀ ਉਹ ਬਲਾਕ ਹੋ ਜਾਂਦੀ ਹੈ ਉਹ ਅੰਦਰੋਂ ਇਹ ਬਣੋਂ ਹਟ ਜਾਂਦੀ ਹੈ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ